ਚਲੋ ਮੇਰਾ ਨਾਮ ਜਗਸੀਰ ਝੁੰਬਾ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ। ਕੱਲ੍ਹ ਨੂੰ ਸਾਡੀ ਜ਼ਿਲ੍ਹੇ ਦੀ ਮੀਟਿੰਗ ਸੀ ਅਤੇ ਅੱਜ ਅਸੀਂ ਮੰਡੀਆਂ ਦਾ ਰਿਪੋਰਟ ਲੈਣ ਆਏ ਸੀ, ਕੱਲ੍ਹ ਨੂੰ ਰਿਪੋਰਟ ਦੇਣੀ ਸੀ। ਕਿਹੜੀਆਂ ਕਿਹੜੀਆਂ ਮੰਡੀਆਂ ਨੇ ਦਿੱਕਤਾਂ? ਕਾਲ ਝਰਾਣੀ 'ਚ 80 ਰੁਪਏ ਸੈਲਰ ਮਾਲਕ ਅਤੇ ਆੜਤਕੇ ਲਈ ਜਾਂਦੇ ਆ, ਅਤੇ ਨਾਲ ਪਥਰਾਲੇ 'ਤੇ ਲਈ ਜਾਂਦੇ ਆ 55 ਰੁਪਏ, ਅਤੇ 10 ਰੁਪਏ ਗੱਠੇ ਮਗਰ ਕੁਆਟਰ ਮਗਰ ਲੈਂਦੇ ਆ ਉਹ। ਅਤੇ ਨਾਲ ਅਸੀਂ ਰੇਕੇ ਪਿੰਡ 'ਚ ਜਦੋਂ ਪਹੁੰਚੇ ਉੱਥੇ ਕਿਸਾਨ ਕਹਿੰਦੇ ਮਤਲਬ ਝੋਨਾ ਮੁਕਤਸਰ ਆਈ ਜਾਂਦਾ, ਇੰਸਪੈਕਟਰ ਬੋਲੀ ਨਹੀਂ ਲਾਉਂਦਾ। ਤਾਂ ਜਦੋਂ ਅਸੀਂ ਇੰਸਪੈਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉੱਥੇ ਇੱਕ ਆੜਤੀਆ ਜਿਹੜਾ ਰੈਕਿਆਂ ਦਾ ਸੁਭਾਸ ਜੈਨ, ਉਹਦਾ ਆਪਦਾ ਸੈਲਰ ਆ ਅਤੇ ਬਾਹਰੋਂ ਵੀ ਬਹੁਤ ਝੋਨਾ ਉਹਨੇ ਸਟਾਇਆ ਹੋਇਆ। ਉਹ ਕਹਿੰਦਾ ਨਿੱਕੀਆਂ ਕਿਸਾਨ ਆ ਤੋਂ ਕਾਰਡ ਵੀ ਮੰਗਦਾ ਅਤੇ ਜਿਹੜਾ ਝੋਨਾ ਆਪ ਛੱਡ ਕੇ ਵੇ ਸੈਲਰ 'ਚ, ਅਤੇ ਸਾਡੇ ਆਗੂ ਜਿਹੜੇ ਜਥੇਬੰਦੀ ਦੇ ਅਤੇ ਨਾਲ ਹੋਰ ਪਿੰਡ ਵਾਲੇ ਵੀਰ, ਉਹ ਕਹਿੰਦੇ ਅਸੀਂ ਕਿਉਂ ਛੱਡ ਕੇ ਆਈਏ ਜਦੋਂ ਸਾਰਾ ਖਰਚਾ ਦੇਣਾ। ਤਾਂ ਅਸੀਂ ਇੰਸਪੈਕਟਰ ਨਾਲ ਗੱਲ ਕੀਤੀ, ਇੰਸਪੈਕਟਰ ਉੱਥੇ ਬੈਠਾ ਸੀਗਾ, ਅਤੇ ਜਦੋਂ ਉਹਨੂੰ ਕੋਈ ਜਵਾਬ ਨਹੀਂ ਆਇਆ, ਸਵਾਲ ਨਹੀਂ ਆਇਆ ਸੀ, ਵੀ ਮੁਕਤਸਰ ਇਹਨੂੰ ਮਹੀਨਾ ਮਹੀਨਾ ਹੋ ਗਿਆ 25-25 ਦਿਨ ਬੈਠਾ ਨੂੰ ਕਿਸਾਨਾਂ ਨੂੰ, ਤਾਂ ਇਹਨਾਂ ਦੀ ਬੋਲੀ ਇਹਦਾ ਸਾਨੂੰ ਸੁਭਾਅ ਜਿਹਾ ਬਣ ਨਹੀਂ ਦਿੰਦਾ। ਤਾਂ ਜਿਹੜਾ ਉਸ ਬੋਲੀ ਲਾਈ ਸੀ ਗੱਟੇ ਭਰੇ ਸੀ, ਅਤੇ ਗੱਟੇ ਵੀ ਉਹ ਸੁਭਾਅ ਜੈਨ ਚੱਕ ਕੇ ਲੈ ਗਿਆ। ਅਸੀਂ ਜਦੋਂ ਆਖਿਆ ਤੁਹਾਡੀ ਫਿਰ ਜ਼ਿੰਮੇਵਾਰੀ ਕਾਹਦੀ ਆ, ਸਾਡਾ ਕਿਸਾਨ ਦਾ ਦਾਣਾ ਚੱਕ ਕੇ ਵਿਖਾ ਦੇ ਕੋਈ ਬਿਨਾਂ ਜਾਇਜ਼ ਤੋਂ, ਤੁਸੀਂ ਸਰਕਾਰੀ ਮੁਲਾਜ਼ਮ ਆ, ਤੁਹਾਡਾ ਜੇ ਸੁਭਾਅ ਜੈਨ ਚੱਕ ਕੇ ਲੈ ਗਿਆ ਗੱਟੇ, ਫਿਰ ਜ਼ਿੰਮੇਵਾਰੀ ਕੀ ਆ? ਅਸੀਂ ਉਹਦਾ ਘੇਰਾ ਘਰਾਈ ਕੀਤਾ, ਪ੍ਰਸ਼ਾਸਨ ਆ ਗਿਆ, ਪ੍ਰਸ਼ਾਸਨ ਤੋਂ ਬਾਅਦ SDM ਤਹਿਸੀਲਦਾਰ ਆ ਗਏ, ਤਹਿਸੀਲਦਾਰ ਨੂੰ ਅਸੀਂ ਬਹਾਲਿਆ ਉੱਥੇ, ਬਹਾਉਣ ਤੋਂ ਬਾਅਦ ਤਹਿਸੀਲਦਾਰ ਤਾਂ ਉਹਨੇ ਪਹਿਲਾਂ ਕਰ ਲਿਆ। ਅਸੀਂ ਰੋਟੀ ਖਾਈ ਜਾਂਦੇ ਬੈਠੇ 7 ਮਈ, 5 ਬੱਸਾਂ ਆਈਆਂ, ਆਉਣ ਸਾਰ ਪਿਛਾਂ ਕੋਈ ਗੱਲਬਾਤ ਨਹੀਂ ਕੀਤੀ, ਅਤੇ ਆਉਣ ਸਾਰ ਸਾਡੇ ਪਸ਼ੂਆਂ ਵਾਂਗੂ ਲਾਠੀਚਾਰਜ ਕਿਸਾਨਾਂ 'ਤੇ 7 ਮਈ 'ਤੇ ਕਰਤਾ। ਆਹ ਰੈਕਿਆਂ ਪਿੰਡ ਦਾ ਕਿਸਾਨ ਆ, ਆਹ ਇੱਥੇ ਉਹਦੇ ਡਾਂਗ ਮਾਰੀ ਆ, ਆਹ ਸੋਜ ਆ, ਖੂਨ ਨਿਕਲੀ ਆ, ਸਿਰ 'ਚ ਮਾਰੀਆਂ, ਆਹ ਵੀਰ ਦੇ ਆ, ਆਹ ਪਾਟਾਂ ਦੇ ਵਿਖਾ ਵੀਰ, ਆਹ ਬਾਹਾਂ ਤੇ ਆ, ਆਹ ਵੇਖ, ਆਹ ਬਾਹਾਂ ਤੇ ਆ ਨਿਸ਼ਾਨ, ਆਹ ਮਾਰਗਾ ਡੇਗ ਲਿਆ ਜਿਵੇਂ ਪਸ਼ੂਆਂ ਨੂੰ ਕੁੱਟਦੇ ਹੁੰਦੇ ਆ, ਆਹ ਸਿਰ 'ਚ, ਸਿਰ 'ਚ ਬਹੁਤ ਆਹ ਕਿਸਾਨ, ਆਹ DSP ਆ, ਆਹ ਦਿੰਕੇ ਆ, ਵੇਖ ਲਓ ਭਰਾਵੋ ਹਾਲ ਕਿਸਾਨ ਦਾ, ਆਹ ਡਾਂਗਾ ਮਾਰਗਾ ਸਿਰ 'ਚ, ਆਹ ਮੱਥਿਆਂ ਤੇ ਮਾਰਗਾ, ਨੱਕਾਂ ਤੇ ਮਾਰਗਾ, ਆਹ ਸਿਰ 'ਚ ਮਾਰੀ ਆ। ਤਾਂ ਕਰਕੇ ਇਹ ਪੁਲਿਸ ਦਾ ਜ਼ਬਰ ਆ, ਤੇ ਭਗਵੰਤ ਮਾਨ ਦੀ ਸਰਕਾਰ ਨਿੱਕੀ ਆ ਜ਼ਬਰ ਤੇ ਆਈ ਹੋਈ ਆ। ਜਿਹੜਾ ਕਹਿੰਦਾ ਪਿੰਡ ਦਾ DC, ਕਿਸਾਨਾਂ ਨੂੰ ਤਾਂ ਕੋਈ ਸਮੱਸਿਆ ਹੀ ਨਹੀਂ, ਅਤੇ ਜੇ ਸਮੱਸਿਆ ਨਹੀਂ ਤਾਂ ਕਿਸਾਨਾਂ ਨੂੰ ਲਾਠੀ ਚਾਰ ਪਸ਼ੂਆਂ ਕੁੱਟਿਆ। ਤਾਂ ਕਰਕੇ ਅਸੀਂ ਨਿੱਕਿਆ ਸੂਬੇ ਦੇ ਧਿਆਨ 'ਚ ਲਿਆ, ਕੱਲ੍ਹ ਨੂੰ ਪ੍ਰਸ਼ਾਸਨ ਕੰਨ 'ਤੇ ਲਿਖਿਆ ਪੜ੍ਹ ਲਏ, ਕੋਈ ਆਪਦਾ ਅਸੀਂ ਐਕਸ਼ਨ ਕਰਾ ਗਏ। ਤਾਂ ਕਰਕੇ ਜਿਹੜਾ ਕਿਸਾਨਾਂ ਨੂੰ 7 ਮਈ ਬੈਠਾ ਨੂੰ ਲਾਠੀ ਚਾਰਜ ਕੀਤਾ, ਪਸ਼ੂਆਂ ਨੂੰ ਬਹੁਤ ਕਿਸਾਨਾਂ 'ਤੇ ਸਿਰ 'ਚ ਡਾਂਗਾ ਗੁੱਜਗਾ ਸੱਟਾ। ਤਾਂ ਕਰਕੇ ਆਹ ਮੁੰਡੇ ਨੂੰ ਤਾਂ ਅਸੀਂ ਹਸਪਤਾਲ ਦਾਖਲ ਕਰਾਉਣੇ ਆ, ਇਹਦੇ ਜ਼ਿਆਦਾ ਸੱਟਾ ਮਾਰਗਾ, ਇਹਨਾਂ ਤਾਂ ਪਸ਼ੂਆਂ ਨੂੰ 3-4 ਜਣੇ ਪੁਲਿਸ ਵਾਲੇ ਨੇ ਕੁੱਟਿਆ, ਸਾਡੇ ਮੋਬਾਈਲ ਖੋ ਕੇ ਲੈ ਗਏ, ਮੋਬਾਈਲ ਭੰਨ ਤੇ, ਮੈਕ ਵੀ ਲੈ ਗਏ, ਮੈਕ ਵੀ ਤਾਰਾਂ ਪੜਤੀਆਂ, ਮੈਕ ਲੈ ਗਏ ਮੇਰੀ ਚੰਡੀ ਵਾਲੀ। ਤਾਂ ਕਰਕੇ ਇਹ ਮੰਗ ਕਰਦੇ ਹਾਂ, ਜਿਹੜੀ ਭਗਵੰਤ ਮਾਨ ਦੀਆਂ ਸੱਥਾਂ ਚੱਲਿਆ ਕਰੂਗੀ, ਆਹ ਭਰਾਵੋ ਰੇਕੇ ਪਿੰਡ 'ਚ ਜਿਹੜਾ ਜ਼ਬਰ ਕੀਤਾ ਇਹ ਨਿੰਦਣਯੋਗ।